ਵਾਹਿਗੁਰੂ ਸਾਹਿਬ ਜੀ ਹਰ ਜੀਓ ਸ਼ਬਦ ਪਛਾਣੀਐ ਸਾਚ ਰਤੇ ਗੁਰਵਾਕ ਤਿਤ ਤਨ ਮੈਲ ਨਾ ਲੱਗਈ ਸੱਚ ਘਰ ਜਿਸ ਉਤਾਕ ਨਦਰ ਕਰੇ ਸੱਚ ਪਾਈਐ ਬਿਨ ਨਾਵੈ ਕਿਆ ਸਾਕ ਜਿਨੀ ਸੱਚ ਪਛਾਣਿਆ ਸੇ ਸੁਖੀਏ ਜੁਗ ਚਾਰ ਹਉਮੈ ਤ੍ਰਿਸ਼ਨਾ ਮਾਰ ਕੈ ਸੱਚ ਰੱਖਿਆ ਉਰ ਧਾਰ ਜਗ ਮੈਂ ਲਾਹਾ ਏਕ ਨਾਮ ਪਾਈਐ ਗੁਰ ਵਿਚਾਰ ਸਾਚੋ ਵੱਖਰ ਲਾਦੀਐ ਲਾਭ ਸਦਾ ਸੱਚ ਰਾਸ ਸਾਚੀ ਦਰਗਾਹ ਵੈਸਈ ਭਗਤ ਸੱਚੀ ਅਰਦਾਸ ਪਤ ਸਿਉਂ ਲੇਖਾ ਨਿਬੜੈ ਰਾਮ ਨਾਮ ਪਰਗਾਸ ਉੱਚਾ ਉੱਚੋ ਆਖੀਐ ਕਹੋ ਨਾ ਦੇਖਿਆ ਜਾਏ ਜੈ ਦੇਖਾ ਤਹ ਏਕ ਤੂੰ ਸਤਿਗੁਰ ਦੀਆ ਦਿਖਾਏ ਜੋਤ ਨਿਰੰਤਰ ਜਾਣੀਐ ਨਾਨਕ ਸਹਿਜ ਸੁਭਾਏ ਉੱਚਾ ਉੱਚੋ ਆਖੀਐ ਕਹੋ ਨਾ ਦੇਖਿਆ ਜਾਏ ਜਹ ਦੇਖਾਂ ਤਹ ਏਕ ਤੂੰ ਸਤਿਗੁਰ ਦੀਆ ਦਿਖਾਏ ਜੋਤ ਨਿਰੰਤਰ ਜਾਣੀਐ ਨਾਨਕ ਸਹਿਜ ਸੁਭਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਮਾਲਕ ਨਾਲ ਸਭ ਤੋਂ ਪਹਿਲਾਂ ਸੁਰਤ ਨੂੰ ਜੋੜ ਕੇ ਇਕਾਗਰ ਕਰੀਏ ਮਨ ਦੀਆਂ ਬਿਰਤੀਆਂ ਨੂੰ ਤੇ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਾਹਿਬ ਜੀ ਹਰ ਜੀਓ ਸ਼ਬਦ ਪਛਾਣੀਐ ਸਾਚ ਰਤੇ ਗੁਰਵਾਕ ਭਾਈ ਗੁਰੂ ਕੇ ਪਿਆਰਿਓ ਜਿਸ ਨੇ ਹਰੇ ਦੇ ਸ਼ਬਦ ਨੂੰ ਪਛਾਣ ਲਿਆ ਸ਼ਬਦ ਕੀ ਹੈ ਸਾਡਾ ਗੁਰੂ ਹੈ ਸ਼ਬਦ ਮਾਲਕ ਦੀ ਆਵਾਜ਼ ਹੈ ਵਾਕ ਦਾ ਅਰਥ ਵੀ ਵਾਕ ਸ਼ਬਦ ਅਤੇ ਸ਼ਬਦ ਦਾ ਅਰਥ ਵਾਕ ਵਾਕ ਦਾ ਆਪਾਂ ਹੁਕਮ ਵੀ ਕਹਿ ਸਕਦੇ ਹਾਂ ਮਾਲਕ ਦਾ ਹੁਕਮ ਕੀ ਹੋਇਆ ਮਾਲਕ ਨੇ ਸਾਨੂੰ ਸੰਦੇਸ਼ ਕੀ ਦਿੱਤਾ ਵਾਕ ਸ਼ਬਦ ਦੇ ਆਪਾਂ ਵਿਚਾਰ ਕਰੀਏ ਕਿਸੇ ਪਿਆਰੇ ਦੇ ਬੋਲ ਬੜੇ ਚੰਗੇ ਹੋਣ ਆਪਾਂ ਕਹਿੰਦੇ ਹਾਂ ਬੜੇ ਮਿੱਠੇ ਸ਼ਬਦ ਬੋਲਦਾ ਹੈ ਕਿਸੇ ਮਨਮੁੱਖ ਦੇ ਜ਼ਬਾਨ ਤੋਂ ਬਚਨ ਸੁਣੀਏ ਬਚਨ ਹੋਣ ਕੌੜੇ ਆਪਾਂ ਕਹਿੰਦੇ ਹਾਂ ਬੜੇ ਕੌੜੇ ਸ਼ਬਦ ਬੋਲਦਾ ਹੈ ਸ਼ਬਦ ਤੋਂ ਭਾਵ ਹੈ ਅੱਖਰ ਗੱਲਾਂ ਬਾਤਾਂ ਜਦੋਂ ਸਾਨੂੰ ਕਿਸੇ ਦੇ ਆਖੇ ਹੋਏ ਅੱਖਰ ਮਨ ਨੂੰ ਚੰਗੇ ਨਾ ਲੱਗਣ
ਤੇ ਅਸੀਂ ਇੱਕ ਗੱਲ ਕਹਿੰਦੇ ਹਾਂ ਤੇਰੇ ਸ਼ਬਦ ਚੰਗੇ ਨਹੀਂ, ਤੇਰੇ ਵਿਚਾਰ ਚੰਗੇ ਨਹੀਂ, ਵਿਚਾਰ ਸ਼ੁੱਧ ਕਰ। ਅਤੇ ਜਿਨ੍ਹਾਂ ਦੇ ਸ਼ਬਦ ਚੰਗੇ ਹੁੰਦੇ ਨੇ, ਜਿਨ੍ਹਾਂ ਦੇ ਵਾਕ ਚੰਗੇ ਹੁੰਦੇ ਨੇ, ਕਹਿੰਦੇ ਆ ਮਿੱਤਰਾ ਬੜਾ ਮਿੱਠਾ ਬੋਲਦਾ, ਮਨ ਚਾਹੁੰਦਾ ਤੇਰੇ ਰਸਨਾ ਤੋਂ ਦੋ ਚਾਰ ਸ਼ਬਦ, ਦੋ ਚਾਰ ਵਾਕ ਹੋਰ ਸੁਣ ਲਵਾਂ। ਇਹ ਮਨੁੱਖ ਦੀ ਦਸ਼ਾ ਹੈ। ਪਰ ਜਿੱਥੇ ਮੇਰੇ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਸ਼ਬਦ ਆਉਣ, ਉਹਨਾਂ ਸ਼ਬਦਾਂ ਦੇ ਅੰਦਰ ਤੇ ਅੰਮ੍ਰਿਤ ਦਾ ਰਸ ਹੈ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕੀਰਤਨ ਕਰਦੇ ਨੇ, ਜੇ ਕਿਸੇ ਜੰਗਲ ਬਿਆਬਾਨ ਵਿੱਚ ਬੈਠ ਕੇ ਚਲਦੇ ਚਲਦੇ ਹਵਾ ਰੁਕ ਜਾਂਦੀ, ਬਾਪੂ ਦੇ ਸ਼ਬਦ ਸੁਣ ਲਾ। ਚਲਦਾ ਚਲਦਾ ਪਾਣੀ ਰੁਕ ਜਾਂਦਾ, ਮੇਰਾ ਰਹਿਬਰ ਗਾ ਰਿਹਾ। ਜੰਗਲ ਦੇ ਤਮਾਮ ਜੀਵ ਜੰਤੂ ਇਕੱਠੇ ਹੋ ਕੇ ਸਾਹਿਬਾਂ ਦੇ ਕੋਲ ਬੈਠ ਜਾਂਦੇ ਨੇ, ਕਰਤਾਰ ਸ਼ਬਦ ਮਿੱਠੇ ਪਿਆ ਬੋਲਦਾ। ਇੱਥੋਂ ਤੱਕ ਜਿਹੜੇ ਉਸ ਜੰਗਲ ਦੇ ਨੰਦਰ ਲੱਗੇ ਹੋਏ ਜਿਹੜੇ ਫਲ ਹਨ, ਉਹਨਾਂ ਵਿੱਚੋਂ ਅੰਮ੍ਰਿਤ ਰੂਪੀ ਰਸ ਚੋਣ ਲੱਗ ਪੈਂਦਾ ਜਦੋਂ ਮੇਰਾ ਬਾਬਾ ਮਿੱਠੇ ਸ਼ਬਦ ਬੋਲਦਾ। ਇਸੇ ਕਰਕੇ ਕਹਿੰਦੇ ਆ ਉਹ ਅਕਾਲ ਪੁਰਖ ਪਰਮਾਤਮਾ ਦੀ ਜਿਹੜੀ ਬਾਣੀ ਹੈ ਬੜੀ ਮਿੱਠੀ ਆ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ, ਜਲਨ ਬੂਝੀ। ਜਲਨ ਕਿਹੜੀ? ਅੰਦਰ ਦੀ ਈਰਖਾ, ਅੰਦਰ ਦੀ ਦੁਵੈਸ਼ਤਾ, ਅੰਦਰ ਦੀ ਤ੍ਰਿਸ਼ਨਾ ਦੀ ਅੱਗ ਜਲਨ ਬੂਝੀ। ਸੀਤਲ ਹੋਏ ਮਨਵਾ ਜਦੋਂ ਬਾਪੂ ਮੈਂ ਤੇਰਾ ਸ਼ਬਦ ਸੁਣਿਆ, ਮੇਰੇ ਅੰਦਰ ਦੀ ਈਰਖਾ ਦੀ ਅੱਗ ਬੁੱਝ ਗਏ, ਅੰਦਰ ਵੈਰ ਭਾਵਨਾ ਦੀ ਜਿਹੜੀ ਅੱਗ ਲੱਗੀ ਹੋਈ ਸੀ ਬੁੱਝ ਗਈ, ਮੇਰਾ ਜਿਹੜਾ ਮਨਵਾ ਜਿਹੜਾ ਮੇਰਾ ਮਨ ਹੈ ਨਾ, ਇਹ ਸੀਤਲ ਹੋ ਗਿਆ, ਠੰਡਾ ਠਾਰ ਹੋ ਗਿਆ। ਜਲਨ ਬੁੱਝੀ, ਸੀਤਲ ਹੋਈ ਮਨਵਾ, ਪਰ ਕਦੋਂ? ਸਤਿਗੁਰ ਕਾ ਦਰਸ਼ਨ ਪਾਏ ਜਿਉਂ, ਸੱਚੇ ਸਤਿਗੁਰੂ ਜਾ ਜਦੋਂ ਮੈਂ ਦਰਸ਼ਨ ਕੀਤਾ, ਪਹਿਲਾਂ ਦਰਸ਼ਨ ਕਰਾਂਗੇ ਫਿਰ ਉਹਦੀ ਆਵਾਜ਼ ਨੂੰ ਸੁਣਾਂਗੇ। ਹੁਣ ਆਪਾਂ ਸਾਹਿਬ ਦੇ ਘਰ ਵਿੱਚ ਆਉਂਦੇ ਹਾਂ, ਪਹਿਲਾਂ ਗੁਰੂ ਦੇ ਦਰਸ਼ਨ ਕਰਦੇ ਹਾਂ ਨਾ, ਦਰਸ਼ਨ ਕਰਨ ਤੋਂ ਬਾਅਦ ਫਿਰ ਬੈਠ ਕੇ ਗੁਰੂ ਦੇ ਸ਼ਬਦ ਨੂੰ ਸੁਣਦੇ ਹਾਂ। ਮਿੱਠਾ ਲੱਗਿਆ, ਮਨ ਚਾਹੇ ਥੋੜ੍ਹਾ ਜਿਹਾ ਸਮਾਂ ਹੋਰ ਬਹਿ ਜਾਓ। ਬਹੁਤ ਸਾਰੇ ਕੀਰਤਨੀਆਂ ਗਾਉਂਦੇ ਨੇ, ਬਹੁਤ ਸਾਰੇ ਕਥਾ ਵਾਚਕ ਕਥਾ ਕਰਦੇ ਨੇ, ਕਈ ਵਾਰੀ ਸਾਡਾ ਮਨ ਇੰਨਾ ਕੁ ਉਚਾਟ ਹੋ ਜਾਂਦਾ ਹੈ, ਕੀਰਤਨ ਚੱਲ ਰਿਹਾ ਅਸੀਂ ਦੋ ਘੜੀਆਂ ਬੈਠ ਕੇ ਅਤੇ ਉੱਠ ਕੇ ਚਲੇ ਜਾਂਦੇ ਕਿਉਂਕਿ ਰਸ ਨਹੀਂ ਆਇਆ। ਕਥਾ ਦੋ ਚਾਰ ਮਿੰਟ ਸੁਣੀ, ਉੱਠ ਕੇ ਚਲੇ ਗਏ, ਕਿਉਂ? ਰਸ ਨਹੀਂ ਆਇਆ। ਪਰ ਜਿਨ੍ਹਾਂ ਦੇ ਜ਼ਬਾਨ 'ਤੇ, ਜਿਨ੍ਹਾਂ ਦੀ ਰਸਨਾ 'ਤੇ ਮਾਲਕ ਦੀ ਬਖਸ਼ਿਸ਼ ਹੋ ਜਾਏ ਨਾ, ਮਨ ਚਾਹੁੰਦਾ ਜਾਂਦਿਆਂ ਜਾਂਦਿਆਂ ਦੋ ਕੁ ਸ਼ਬਦ ਹੋਰ ਸੁਣ ਜਾਈਏ, ਮਨ ਚਾਹੁੰਦਾ ਇਸ ਕੋਲੋਂ ਕਥਾ ਸੁਣੀ ਜਾਈਏ, ਕਿਉਂਕਿ ਇਹਦੀ ਕਥਾ ਵਿੱਚ ਰਸ ਹੈ, ਆਨੰਦ ਹੈ। ਇੱਕ ਗੱਲ ਦਾ ਖਿਆਲ ਜ਼ਰੂਰ ਕਰਿਓ, ਰਸਨਾ ਵਿੱਚ ਰਸ ਉਹਨਾਂ ਦੇ ਆਉਂਦਾ ਹੈ ਜਿਹੜਾ ਸਿਮਰਨ ਕਰਦਾ, ਜਿਹੜਾ ਨਿਤਨੇਮ ਕਰਦਾ, ਜਿਹੜਾ ਸਾਰਿਆਂ ਦੇ ਅੰਦਰ ਇੱਕ ਖੁਦਾ ਨੂੰ ਵੇਖਦਾ, ਜਿਹੜਾ ਉੱਠਦਿਆਂ ਬਹਿੰਦਿਆਂ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਦਾ, ਜਿਹੜਾ ਸਤਸੰਗਤ ਗੁਰੂ ਦੀ ਅਤੇ ਸੰਗਤ ਦੇ ਦੀਦਾਰ ਕਰਦਾ, ਸਾਜਨ ਉਹਨਾਂ ਦੀ ਰਸਨਾ 'ਤੇ ਰਸ ਆਉਂਦਾ, ਅੰਮ੍ਰਿਤ ਵਸਦਾ। ਸੋ ਵਾਹਿਗੁਰੂ ਜੀ ਕਹਿੰਦੇ ਨੇ, ਹੇ ਅਕਾਲ ਪੁਰਖ ਪਰਮੇਸ਼ੁਰ, ਤੇਰੇ ਸ਼ਬਦ ਬੜੇ ਮਿੱਠੇ ਹਨ, ਤੇਰਾ ਵਾਕ ਬੜਾ ਮਿੱਠਾ ਹੈ, ਤੇਰਾ ਹੁਕਮ ਸਾਨੂੰ ਬੜਾ ਚੰਗਾ ਲੱਗਦਾ ਹੈ, ਤੂੰ ਕਿਰਪਾ ਕਰ, ਜਿੰਨੇ ਕੁ ਸਵਾਸ ਤੁਸਾਂ ਨੇ ਸਾਨੂੰ ਬਖਸ਼ਿਸ਼ ਕੀਤੇ ਨੇ, ਹਰ ਇੱਕ ਸਵਾਸ ਦੇ ਨਾਲ ਤੇਰੇ ਸ਼ਬਦ ਨੂੰ ਅਸੀਂ ਸੁਣਦੇ ਰਹੀਏ ਜੀ। ਤਿੱਤ ਤਨ ਮੈਲ ਨਾ ਲੱਗਈ, ਸੱਚ ਘਰ ਜਿਸ ਉਹ ਤਾਕ। ਵੀ ਜਿਨ੍ਹਾਂ ਦੇ ਹਿਰਦੇ ਦੇ ਅੰਦਰ ਗੁਰੂ ਦਾ ਸ਼ਬਦ ਵਸ ਗਿਆ, ਉਹਨਾਂ ਦੇ ਤਨ ਨੂੰ ਫਿਰ ਮੈਲ ਨਹੀਂ ਲੱਗਦੀ। ਚੇਤੇ ਰੱਖਿਓ, ਇੱਕ ਦੁਨਿਆਵੀ ਮੈਲ ਤਨ ਨੂੰ ਲੱਗ ਜਾਏ, ਦੁਨਿਆਵੀ ਸਾਬਣ ਦੇ ਨਾਲ ਉਹ ਮੈਲ ਉਤਰ ਜਾਂਦੀ ਹੈ। ਇੱਕ ਮਨ ਨੂੰ ਮੈਲ ਲੱਗ ਜਾਏ, ਗੁਰੂ ਦੇ ਸ਼ਬਦ ਰੂਪੀ ਸਾਬਣ ਦੇ ਨਾਲ ਉਹ ਮੈਲ ਉਤਰ ਜਾਂਦੀ। ਰੋਜ਼ ਪੜ੍ਹ ਦਿਓ, ਭਰੀਏ ਹੱਥ ਪੈਰ ਤਨ ਦੇ, ਪਾਣੀ ਧੋਤੇ ਉਤਰ ਸਖੇ, ਮੋਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਆ। ਇੱਥੇ ਸਾਬਣ ਨਹੀਂ ਕਹਿਣਾ, ਇੱਥੇ ਦੋ ਔਂਕੜ ਨੇ ਬਾਬੇ ਨੂੰ, ਦੋ ਔਂਕੜ, ਦੇ ਸਾਬੂਣ ਲਈਏ ਉਹ ਧੋਏ, ਅਰਥ ਭਾਵੇਂ ਸਾਬਣ ਹੀ ਹੈ। ਵਾਹਿਗੁਰੂ ਜੀ ਕਹਿੰਦੇ ਨੇ ਸਰੀਰ ਬਾਹਰੋਂ ਮਲੀਨ ਹੋ ਜਾਏ,
ਦੁਨਿਆਵੀ ਪਾਣੀ ਨਾਲ, ਦੁਨਿਆਵੀ ਸਾਬਣ ਦੇ ਨਾਲ ਸ਼ੁੱਧ ਹੋ ਜਾਂਦਾ ਹੈ। ਪਰ ਜੇ ਮਨ ਮਲੀਨ ਹੋ ਜਾਏ, ਦੁਨੀਆ ਦਾ ਕੋਈ ਸਾਬਣ ਅਜੇ ਤੱਕ ਨਹੀਂ ਬਣਿਆ ਜਿਹੜਾ ਮਨ ਦੀ ਮੈਲ ਨੂੰ ਦੂਰ ਕਰ ਸਕੇ। ਕਈ ਵਾਰੀ ਆਪ ਕਹਿੰਦੇ ਵੀ ਸਿਮਰਨ ਕਰਨ ਵਾਸਤੇ ਬੈਠਦੇ ਹਾਂ, ਮਨ ਨਹੀਂ ਜੁੜਦਾ। ਬਹੁਤ ਸਾਰੇ ਵੀਰ ਇਹ ਸਵਾਲ ਕਰਦੇ ਨੇ ਮਨ ਕਿਉਂ ਨਹੀਂ ਜੁੜਦਾ। ਪਰ ਚੇਤੇ ਰੱਖਣ ਵਾਲੀ ਗੱਲ ਹੈ, ਸਾਧੇ ਜੀ ਗੱਲ ਸਮਝਾ ਦਿਆ ਤਾਂ ਕਿ ਸਮਝਾ ਸਕੇ ਆ ਪੜ੍ਹੇ ਲਿਖੇ ਵਿਦਵਾਨ। ਤੁਸੀਂ ਕੱਪੜੇ ਨੂੰ ਧੋਣ ਲੱਗੋ, ਸਾਬਣ ਮਲਦੇ ਹੋ ਨਾ, ਇੱਕ ਵਾਰੀ ਮਲਦੇ ਉਹ ਝੱਗ ਛੱਡਦਾ, ਅਤੇ ਝੱਗ ਕੀ ਹੈ, ਕੱਪੜੇ ਵਿੱਚੋਂ ਨਿਕਲੀ ਹੋਈ ਮੈਲ। ਜਦੋਂ ਇੱਕ ਵਾਰੀ ਉਹਨੂੰ ਧੋ ਲੈਂਦੇ ਹੋ, ਅੰਦਰੋਂ ਆਵਾਜ਼ ਆਉਂਦੀ ਅਜੇ ਠੀਕ ਨਹੀਂ ਤਾਂ ਪਿਆ ਦੁਬਾਰਾ ਫਿਰ ਲਓ, ਫਿਰ ਦੁਬਾਰਾ ਸਾਬਣ ਲਾਇਆ ਜਾਂਦਾ, ਫਿਰ ਉਹਦੇ ਵਿੱਚੋਂ ਮੈਲ ਨਿਕਲਦੀ। ਇੱਕ ਨਹੀਂ, ਦੋ ਨਹੀਂ, ਤਿੰਨ ਚਾਰ ਵਾਰ, ਜਿੰਨੀ ਦੇਰ ਤੱਕ ਉਹ ਬਸਤਰ ਬਿਲਕੁਲ ਸਾਫ਼ ਨਹੀਂ ਹੋ ਜਾਂਦਾ, ਉਨੀ ਦੇਰ ਤੱਕ ਧੋਣ ਵਾਲੇ ਦੇ ਮਨ ਨੂੰ ਯਕੀਨ ਨਹੀਂ ਆਉਂਦਾ, ਕਿਉਂਕਿ ਉਹਦੇ ਵਿੱਚੋਂ ਉਬਲਦੀ ਹੈ ਮੈਲ। ਉਹ ਬੁਲਬਲਿਆਂ ਦਾ ਰੂਪ ਧਾਰਨ ਕਰਕੇ ਅੱਗੇ ਨੂੰ ਵਹਿ ਤੁਰਦੀ। ਬਸ ਤੁਸੀਂ ਸਿਮਰਨ ਕਰੋ, ਜਿਵੇਂ ਜਿਵੇਂ ਸਿਮਰਨ ਵਾਲੇ ਪਾਸੇ ਬੈਠੋਗੇ, ਅੰਦਰੋਂ ਜਿਹੜੀ ਮੈਲ ਹੈ ਨਾ ਉਹ ਨਿਕਲਦੀ ਜਾਏਗੀ। ਤੁਹਾਡੇ ਧਿਆਨ ਕਦੀ ਕਿਸੇ ਪਾਸੇ ਜਾਏਗਾ, ਕਦੀ ਕਿਸੇ ਪਾਸੇ ਜਾਏਗਾ, ਅਸਲ 'ਚ ਉਹ ਮੈਲ ਹੈ, ਅੰਦਰੋਂ ਉਹ ਮਾੜੇ ਵਿਚਾਰ ਜਿਹੜੇ ਜੰਮੇ ਹੋਏ ਸਨ ਉਹ ਨਿਕਲ ਰਹੇ ਨੇ। ਸਿਮਰਨ ਕਰੀ ਚੱਲੋ, ਕਰੀ ਚੱਲੋ, ਇੱਕ ਦਿਨ ਐਸਾ ਜ਼ਰੂਰ ਆਵੇਗਾ ਜਦੋਂ ਅੰਦਰ ਦੀ ਮੈਲ ਸਾਰੀ ਸ਼ੁੱਧ ਹੋ ਜਾਏ, ਮਨ ਪਵਿੱਤਰ, ਮੈਲ ਬਾਹਰ। ਅਤੇ ਜਦੋਂ ਮਨ ਸ਼ੁੱਧ ਹੋ ਗਿਆ, ਫਿਰ ਤਾਂ ਕੋਈ ਜ਼ਰਾ ਐਸਾ ਨਹੀਂ ਜਿੱਥੇ ਪਰਮੇਸ਼ਰ ਦਾ ਵਾਸਾ ਨਜ਼ਰ ਨਾ ਆਵੇ। ਜਦੋਂ ਮਨ ਸ਼ੁੱਧ ਹੋ ਗਿਆ, ਫਿਰ ਹਰ ਇੱਕ ਬੰਦੇ ਦੇ ਅੰਦਰ ਮਾਲਕ ਦਾ ਰੂਪ ਨਜ਼ਰ ਆਵੇਗਾ। ਫਿਰ ਅੰਦਰ ਕੋਈ ਈਰਖਾ ਨਹੀਂ ਰਹੇਗੀ, ਕੋਈ ਪਰਾਈ ਤਾਤ ਨਹੀਂ ਰਹੇਗੀ, ਕੋਈ ਵੈਰ ਵਿਰੋਧਤਾ ਨਹੀਂ ਰਹੇਗੀ। ਕਿਉਂ? ਮਨ ਸ਼ੁੱਧ ਹੋ ਗਿਆ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਭਾਈ ਘਨੱਈਏ ਨੇ ਇਹੋ ਗੱਲ ਕਹੀ ਸੀ, ਬਾਬਾ ਸ਼ਿਕਾਇਤ ਕਰਨ ਵਾਲੇ ਨੇ ਕਰ ਦਿੱਤੀ, ਉਹਨਾਂ ਦਾ ਆਪਣਾ ਸੁਭਾਅ ਹੈ, ਪਰ ਮੈਨੂੰ ਤਾਂ ਕੋਈ ਨਜ਼ਰ ਆਉਂਦਾ ਹੀ ਨਹੀਂ। ਕੌਣ ਮੁਸਲਮਾਨ ਹੈ ਅਤੇ ਕੌਣ ਸਿੱਖ ਹੈ? ਮੇਰਾ ਗੁਰੂ ਕਲਗਿਆਂ ਵਾਲਾ ਪਾਤਸ਼ਾਹ ਬੁੱਕ ਅੱਡ ਕੇ ਪਾਣੀ ਮੰਗੇ ਅਤੇ ਇਹ ਘਨੱਈਆ ਪਾਣੀ ਦੇਵੇ ਨਾ, ਮਰ ਸਕਦਾ? ਸਾਹਿਬ ਕਹਿਣਗੇ ਥੋੜ੍ਹਾ ਜਿਹਾ ਸਮਝਾ ਦਿਓ ਸੰਗਤ ਨੂੰ, ਅੱਜ ਇਹਨਾਂ ਲੋਕਾਂ ਨੇ ਚੁਗਲੀ ਕੀਤੀ, ਇਹਨਾਂ ਨੂੰ ਵੀ ਸਮਝ ਆ ਜਾ। ਕਹਿਣ ਲੱਗੇ ਸਾਈ, ਅਸਲ 'ਚ ਜਿਸ ਦਿਨ ਦੇ ਮੈਂ ਤੁਹਾਡੇ ਘਰ ਦਾ ਇੱਕ ਸ਼ਬਦ ਸੁਣਿਆ, ਇੱਕ ਵਾਕ ਸੁਣਿਆ, ਚੇਤੇ ਰੱਖਿਓ, ਇੱਕ ਸ਼ਬਦ ਸੁਣਿਆ, ਉਸ ਦਿਨ ਦਾ ਮੇਰੇ ਹਿਰਦੇ ਦੇ ਅੰਦਰੋਂ ਈਰਖਾ, ਤਾਤ, ਪਰਾਈ, ਵੈਰ, ਵਿਰੋਧ, ਨਫ਼ਰਤ ਸਭ ਖਤਮ ਹੋ ਗਈ। ਅਤੇ ਹੁਣ ਤਾਂ ਮੈਨੂੰ ਸਭ ਸੱਜਣ ਹੀ ਨਜ਼ਰ ਆਉਂਦੇ ਨੇ। ਸਤਿਗੁਰੂ ਜੀ ਕਹਿਣ ਲੱਗੇ, ਸ਼ਬਦ ਵੀ ਸੁਣਾ ਦਿਓ, ਕਿਹੜਾ ਸੁਣਿਆ? ਅਤੇ ਭਾਈ ਸਾਹਿਬ ਨੇ ਸ਼ਬਦ ਪੜ੍ਹ ਕੇ ਅਤੇ ਸੁਣਾਇਆ, ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਇ ਪਾਈ, ਨਾ ਕੋ ਵੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਣਿਆਈ। ਸ਼ਬਦ ਸੁਣ ਲਿਆ, ਮਨ ਧੁੱਪ ਗਿਆ। ਜਿਸ ਦਿਨ ਮਨ ਧੋਤਾ ਜਾਏਗਾ, ਕਈ ਵਾਰੀ ਅਸੀਂ ਚੌਂਕੜਾ ਮਾਰ ਕੇ ਬਹਿੰਦੇ ਹਾਂ, ਕਹਿੰਦੇ ਮਨ ਤਾਂ ਜੁੜਦਾ ਨਹੀਂ, ਐਡੀ ਛੇਤੀ ਥੋੜ੍ਹਾ ਜੁੜੇਗਾ, ਐਡੀ ਛੇਤੀ ਮਨ ਦੇ ਉੱਤੇ ਅਸਰ ਥੋੜ੍ਹਾ ਹੋਵੇਗਾ। ਇਹ ਤਾਂ ਮਨ ਪੱਥਰ ਹੈ, ਦੁਨਿਆਵੀ ਪੱਥਰ 'ਤੇ ਪਾਣੀ ਪਾਈ ਜੋ ਕਦੀ ਅੰਦਰੋਂ ਉਹ ਗਿੱਲਾ ਨਹੀਂ ਹੋਵੇਗਾ। ਇਸ ਤਰ੍ਹਾਂ ਮਨ ਸਾਡਾ ਪੱਥਰ ਹੈ, ਇਹ ਤਾਂ ਨਾਮ ਦਾ ਹਥੌੜਾ, ਮਾਰੇ ਚੱਲੋ, ਮਾਰੇ ਚੱਲੋ, ਇੱਕ ਦਿਨ ਐਸਾ ਜ਼ਰੂਰ ਆਵੇਗਾ ਮਨ ਰੂਪੀ ਜਿਹੜਾ ਪੱਥਰ ਹੈ ਟੁੱਟ ਜਾਏਗਾ, ਇਹ ਫਿਰ ਮੋਮ ਬਣ ਜਾਏਗਾ। ਅਤੇ ਜਿਸ ਦਿਨ ਮਨ ਦੇ ਉੱਤੇ ਸ਼ਬਦ ਦੀ ਚੋਟ ਵੱਜ ਗਈ ਨਾ, ਫਿਰ ਇਹ ਸੱਚੀ ਘਾਟ ਦੇ ਮੁਤਾਬਕ ਇੱਕ ਸਰੂਪ ਬਣ ਜਾਏਗਾ, ਇੱਕ ਕਿਰਤਕਾਰੀ ਬੰਦਾ, ਚਿੱਤਰਕਾਰੀ ਬੰਦਾ ਪੱਥਰ ਦੇ ਵਿੱਚੋਂ ਮੂਰਤੀ ਨੂੰ ਪੈਦਾ ਕਰ ਲੈਂਦਾ, ਕਿਉਂਕਿ ਉਹਦੀ ਆਪਣੀ ਇੱਕ ਕਲਾ ਹੈ, ਉਹਨੂੰ ਪਤਾ ਹੈ ਇਸ ਪੱਥਰ ਵਿੱਚੋਂ ਕਿੱਡੀ ਕੁ ਮੂਰਤੀ ਬਣ ਸਕਦੀ ਹੈ। ਉਹ ਸ਼ੈਣੀ ਥੋੜ੍ਹਾ ਲੈਂਦਾ, ਕੱਟਦਿਆਂ ਕੱਟਦਿਆਂ ਆਖਰ ਉਹਦੇ ਵਿੱਚੋਂ ਇੱਕ ਮੂਰਤੀ ਨੂੰ ਪੈਦਾ ਕਰ ਲੈਂਦਾ। ਅਤੇ ਜਦੋਂ ਇਹ ਮਨ ਗੁਰੂ ਦੇ ਸ਼ਬਦ ਦੀ ਉਸ ਟਕਸਾਲ ਦੇ ਅੰਦਰ ਘੜਿਆ ਗਿਆ, ਫਿਰ ਇਹਦਾ ਇੱਕ ਸਰੂਪ ਬਣ ਜਾਏਗਾ। ਰੋਜ਼ ਪੜ੍ਹਦੇ ਨੂੰ ਘੜੀਏ ਸ਼ਬਦ ਸੱਚੀ ਟਕਸਾਲ, ਜਿਨ ਕੋ ਨਦਰ ਕਰਮ ਤਿੰਨ ਘਰ, ਨਾਨਕ ਨਦਰੀ ਨਦਰ ਹਨ। ਫਿਰ ਪਰਮੇਸ਼ੁਰ ਦੀ ਰਹਿਮਤ 'ਤੇ ਨਜ਼ਰ ਹੋ ਜਾਏਗੀ, ਮਨ ਉਹੋ ਹੀ ਹੈ, ਬੰਦਾ ਉਹੋ ਹੀ ਹੈ, ਵਿਚਾਰ ਬਦਲ ਗਿਆ।
ਆਪਾਂ ਕਈ ਵਾਰ ਕਹਿੰਦੇ ਹਾਂ ਇਹ ਬੰਦੇ ਦੇ ਵਿਚਾਰ ਠੀਕ ਨੇ, ਬੰਦਾ ਭੈੜਾ। ਉਹੋ ਹੀ ਬੰਦਾ ਜਦੋਂ ਪਰਮੇਸ਼ੁਰ ਦੇ ਘਰ ਵਾਲੇ ਪਾਸੇ ਨੂੰ ਤੁਰਦਾ, ਸਤਸੰਗਤ ਦੇ ਚਰਨਾਂ ਦੀ ਖਾਕ ਪ੍ਰਾਪਤ ਕਰਦਾ, ਉਸੇ ਬੰਦੇ ਨੂੰ ਅਸੀਂ ਕਹਿੰਦੇ ਹਾਂ ਬੰਦਾ ਬੜਾ ਚੰਗਾ। ਕਿਉਂ? ਬੰਦਾ ਨਹੀਂ ਬਦਲਦਾ, ਬੰਦੇ ਦੇ ਵਿਚਾਰ ਬਦਲਦੇ ਨੇ। ਵਿਚਾਰ ਮਾੜੇ ਨੇ, ਬੰਦਾ ਮਾੜਾ ਕਹਿਤਾ, ਵਿਚਾਰ ਸ਼ੁੱਭ, ਬੰਦਾ ਭਲਾ ਕਹਿਤਾ। ਗੱਲ ਇਹ ਨਹੀਂ ਕਿ ਹੈ, ਵਿਚਾਰ ਸ਼ੁੱਧ ਕਦੋਂ ਹੁੰਦੇ ਨੇ? ਜਦੋਂ ਚੰਗੇ ਦੇ ਕੋਲ ਬੈਠਾਂਗੇ, ਜਦੋਂ ਕਿਸੇ ਚੰਗੀ ਮਤ ਦੇਣ ਵਾਲੇ ਦੇ ਕੋਲ ਬੈਠਾਂਗੇ, ਚੰਗੀ ਸੰਗਤ ਵਿੱਚ ਬੈਠਾਂਗੇ, ਵਿਚਾਰ ਚੰਗੇ ਹੋ ਜਾਣਗੇ। ਜਿਵੇਂ ਜਿਵੇਂ ਵਿਚਾਰ ਸ਼ੁੱਭ ਹੁੰਦੇ ਜਾਣਗੇ, ਤਿਵੇਂ ਤਿਵੇਂ ਗੁਰੂ ਦਾ ਸ਼ਬਦ ਅੰਦਰ ਵਸੀ ਜਾਏਗਾ। ਏਕ ਸ਼ਬਦ ਮੇਰੇ ਹੀਰੇ ਵਸੈ, ਇੱਕ ਸ਼ਬਦ ਗੁਰੂ ਦਾ ਅੰਦਰ ਵਸ ਗਿਆ, ਸੰਸਾਰ ਦੇ ਅੰਦਰ ਆਉਣ ਜਾਣ ਦਾ ਚੱਕਰ ਹੀ ਖਤਮ ਹੋ ਜਾਏਗਾ। ਜਿਸ ਦਿਨ ਗੁਰੂ ਦੀ ਕਿਰਪਾ ਹੋਈ, ਫਿਰ ਅੰਦਰ ਜਿੰਨੇ ਵੀ ਪਾਪ ਸਨ ਸਾਰੇ ਖਤਮ ਹੋ ਜਾਣਗੇ। ਭਾਈ ਸਾਹਿਬ, ਭਾਈ ਗੁਰਦਾਸ ਜੀ ਨੇ ਬੜਾ ਪਿਆਰਾ ਇੱਕ ਕਵਿਤ ਲਿਖਿਆ, ਕਹਿੰਦਾ ਮੈਂ ਵੇਖਿਆ ਜਦੋਂ ਇਹ ਮਨੁੱਖ ਕਿੰਨਾ ਵਿਦਵਾਨ, ਕਿੰਨਾ ਸਿਆਣਾ ਹੋਵੇ, ਪੜ੍ਹਿਆ ਲਿਖਿਆ ਹੋਵੇ, ਮਾੜੇ ਬੰਦਿਆਂ 'ਚ ਬਹਿਣਾ ਸ਼ੁਰੂ ਕਰ ਦੇਗਾ ਨਾ, ਹੌਲੀ ਹੌਲੀ ਉਹਦੀ ਸਿਆਣਪ ਖਤਮ ਹੋ ਜਾਏਗੀ। ਜਦੋਂ ਬੰਦਾ ਦਿਨ ਰਾਤ ਸੋਚਾਂ ਸੋਚੀ ਜਾਏ, ਸੋਚਦਿਆਂ ਸੋਚਦਿਆਂ ਉਹਦਾ ਦਿਮਾਗ ਖੋਖਲਾ ਹੋ ਜਾਏਗਾ। ਜਦੋਂ ਬੰਦਾ ਕਿਸੇ ਸੱਜਣ ਮਿੱਤਰ ਦੇ ਘਰ ਵਿੱਚ ਰੋਜ਼ ਹੀ ਜਾਣਾ ਸ਼ੁਰੂ ਕਰ ਦੇ, ਉਹਦੇ ਪਿਆਰ ਵਿੱਚ ਫਰਕ ਪੈ ਜਾਏਗਾ। ਜਦੋਂ ਬੰਦਾ ਕਿਸੇ ਕੋਲੋਂ ਕੁਝ ਮੰਗ ਲਏ, ਉਹਦੀ ਇੱਜ਼ਤ ਵਿੱਚ ਫਰਕ ਪੈ ਜਾਏਗਾ। ਜਦੋਂ ਬੰਦਾ ਦਲਿੱਦਰ ਕਰੇ, ਸ਼ਰਾਬਾਂ ਕਬਾਬਾਂ ਵਾਲੇ ਪਾਸੇ ਜਾਵੇ, ਆਲਸ ਕਰੇ, ਜਿੰਨਾ ਵੀ ਧਨ ਦੌਲਤ ਜਮ੍ਹਾਂ ਕੀਤਾ ਸਾਰਾ ਤਬਾਹ ਹੋ ਜਾਏਗਾ। ਜੇ ਬੰਦਾ ਗੁਰੂ ਦੇ ਸ਼ਬਦ ਨਾਲ ਜੁੜ ਜਾਏ, ਗੁਰੂ ਦੇ ਵਾਕ ਨਾਲ ਜੁੜ ਜਾਏ, ਜਿੰਨੇ ਵੀ ਅੰਦਰ ਪਾਪ ਨੇ ਇੱਕ ਪਲਾਂ ਦੇ ਅੰਦਰ ਸਾਰੇ ਖਤਮ ਹੋ ਜਾਣਗੇ। ਭਾਈ ਸਾਹਿਬ ਜੀ ਨੇ ਬਚਨ ਕੀਤਾ ਸੀ, ਗਿਆਨ ਘਟੇ ਨਰ ਮੂੜ ਕੀ ਸੰਗਤ, ਧਿਆਨ ਘਟੇ ਬਿਨ ਧੀਰਜ ਆਏ, ਮਾਨ ਘਟੇ ਜਬ ਹੀ ਕਿਛ ਮੰਗਤ, ਪ੍ਰੀਤ ਘਟੇ ਨਿਤ ਮਿੱਤਰ ਕੇ ਜਾਏ, ਦਰਬ ਘਟੇ ਜੂਆ ਜੰਗਮ ਖੇਲਤ, ਬੁੱਧ ਘਟੇ ਚਿੰਤਾ ਚਿਤ ਲਾਏ, ਉੱਦਮ ਸੇ ਦਲਿੱਦਰ ਘਟੇ, ਪਾਪ ਘਟੇ ਹਰ ਕੇ ਗੁਣ ਗਾਏ। ਜਦੋਂ ਗੁਣਾਂ ਨੂੰ ਉਸ ਪਰਮੇਸ਼ਰ ਦੀ ਸੋਭਾ ਨੂੰ ਸੁਣਾਂਗੇ, ਜਿਉਂ ਜਿਉਂ ਸੁਣੇ ਜਾਵਾਂਗੇ ਤਿਵੇਂ ਤਿਵੇਂ ਅੰਦਰ ਦੇ ਪਾਪ ਖਤਮ ਹੋ ਜਾਣਗੇ, ਅੰਦਰ ਦੀ ਜਿਹੜੀ ਮੈਲ ਹੈ ਇਹ ਦੂਰ ਹੋ ਜਾਏਗੀ। ਆਪਾਂ ਇਸ਼ਨਾਨ ਪਾਣੀ ਕਰਦੇ ਹਾਂ, ਤਨ ਦੀ ਮੈਲ ਦੂਰ ਹੋ ਗਈ, ਪਰ ਕਈ ਵਾਰੀ ਅਸੀਂ ਇਸ਼ਨਾਨ ਤੱਕ ਹੀ ਸੀਮਤ ਰਹਿੰਦੇ ਹਾਂ। ਇਸ਼ਨਾਨ ਤੱਕ ਵੀ ਤਨ ਸਾਫ਼ ਹੋਣਾ ਚਾਹੀਦਾ, ਅਤੇ ਕਈ ਵਾਰੀ ਆਪਾਂ ਦੁਨੀਆ ਦੇ ਤੀਰਥਾਂ ਦੇ ਉੱਤੇ ਜਾ ਕੇ ਇਸ਼ਨਾਨ ਕਰਦੇ ਹਾਂ, ਮੁਬਾਰਕ ਹੈ, ਕਰਦੇ ਹਾਂ, ਪਰ ਜਿੱਥੋਂ ਮਨ ਦੀ ਮੈਲ ਉਤਰਨੀ ਨਾ ਉੱਥੇ ਨਹੀਂ ਅਸੀਂ ਜਾਂਦੇ। ਤੀਰਥਾਂ 'ਤੇ ਇਸ਼ਨਾਨ ਕਰਕੇ ਉੱਥੇ ਦਾਨ ਪੁੰਨ ਕਰਕੇ ਵਾਪਸ ਆ ਗਏ, ਅਤੇ ਆਣ ਕੇ ਕਹਿੰਦੇ ਆ ਇਸ਼ਨਾਨ ਪਾਣੀ ਕਰੇ ਆਇਆ। ਹੁਣ ਸਰੀਰ ਨੂੰ ਤਾਂ ਸ਼ੁੱਧ ਕਰੇ ਆਇਆ ਸੱਜਣਾ, ਪਰ ਮਨ ਨੂੰ ਸ਼ੁੱਧ ਕਰੂ ਕਰੇਗਾ। ਪਾਣੀ ਤਾਂ ਬਾਰ ਬਾਰ ਤੱਕ ਰਹਿ ਗਿਆ, ਅੰਦਰ ਤਾਂ ਪਾਣੀ ਪਹੁੰਚਿਆ ਹੀ ਨਹੀਂ। ਪੱਥਰ ਨੂੰ ਬਾਹਰੋਂ ਨਵਾਏ ਜਾਓ, ਸਾਰੀ ਉਮਰ ਨਵਾਏ ਜਾਓ, ਅੰਦਰੋਂ ਤਾਂ ਫਿਰ ਸੁੱਕੇ ਦਾ ਸੁੱਕਾ ਹੀ ਆ। ਜਿਹੜਾ ਅੰਦਰ ਮਨ ਬੈਠਾ ਹੈ, ਜਿਹੜਾ ਪਾਪ ਪਿਆ ਬੰਦੇ ਕੋਲੋਂ ਕਰਾਉਂਦਾ ਹੈ, ਸਰੀਰ ਇੱਕ ਸਾਧਨ ਹੈ, ਮਨ ਇੱਕ ਡਰਾਈਵਰ ਹੈ। ਜਿਸ ਪਾਸੇ ਸਰੀਰ ਨੂੰ ਇਹ ਹੁਕਮ ਕਰਦਾ ਹੈ, ਇਹ ਵਿਚਾਰਾ ਸਰੀਰ ਉਸੇ ਪਾਸੇ ਚਲਾ ਜਾਂਦਾ ਹੈ। ਜੇ ਪਾਪ ਵਾਲੇ ਪਾਸੇ ਹੁਕਮ ਕੀਤਾ ਮਨ ਨੇ, ਸਰੀਰ ਜਿਹੜਾ ਸੀ ਪਾਪ ਵਾਲੇ ਪਾਸੇ ਤੁਰ ਪਿਆ। ਜੇ ਮਨ ਨੇ ਹੁਕਮ ਕੀਤਾ ਧਰਮ ਵਾਲੇ ਪਾਸੇ, ਤਾਂ ਬੰਦਾ ਧਰਮ ਵਾਲੇ ਪਾਸੇ, ਗੁਰੂ ਕੇ ਸ਼ਬਦ ਵਾਲੇ ਪਾਸੇ ਤੁਰ ਪਿਆ। ਪਰ ਸੋਚਣ ਵਾਲੀ ਗੱਲ ਹੈ, ਜੇ ਤਨ ਦੇ ਇਸ਼ਨਾਨ ਕਰਨ ਦੇ ਨਾਲ ਬੰਦਾ ਸੋਚਾ ਹੋ ਜਾਏ, ਤਾਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੂੰ ਸ਼ਾਇਦ ਇਹ ਬਚਨ ਕਹਿਣ ਦੀ ਲੋੜ ਨਾ ਪੈਂਦੀ। ਵਾਹਿਗੁਰੂ ਜੀ ਨੇ ਆਖਿਆ ਸੀ, ਸੁੱਚੇ ਇਹ ਨਾ ਆਖੀਏ, ਬਹਿਣ ਜੇ ਪਿੰਡਾ ਧੋਏ, ਸੁੱਚੇ ਸੀ ਨਾਨਕਾ ਜਿਨ ਮਨ ਵਸਿਆ ਸੋਏ। ਅਸਲ 'ਚ ਸੁੱਚਾ ਕੌਣ ਹੈ? ਜਿਹਦੇ ਮਨ ਦੇ ਅੰਦਰ ਵਸ ਗਿਆ ਸਤਨਾਮ ਸ਼੍ਰੀ ਵਾਹਿਗੁਰੂ। ਤਨ ਦੀ ਮੈਲ ਨੂੰ ਪਾਣੀ ਦੂਰ ਕਰਦਾ ਹੈ, ਮਨ ਦੀ ਮੈਲ ਨੂੰ ਬਾਣੀ ਦੂਰ ਕਰਦੀ ਹੈ। ਅਤੇ ਜੇ ਤਨ ਦੇ ਨਾਲ ਮਨ ਦੇ ਨਾਲ ਸੰਬੰਧ ਇੱਕ ਬਣ ਜਾਏ, ਤਾਂ ਸਰੂਪ ਬਣ ਗਿਆ, ਸਰੀਰ ਬਣ ਗਿਆ। ਅਤੇ ਜੇ ਪਾਣੀ ਅਤੇ ਬਾਣੀ ਇਕੱਠੇ ਹੋ ਜਾਏ, ਤਾਂ ਫਿਰ ਅੰਮ੍ਰਿਤ ਬਣ ਗਿਆ।
ਕਲਗਿਆਂ ਵਾਲੇ ਪਾਤਸ਼ਾਹ ਨੇ ਪਾਣੀ ਦੇ ਅੰਦਰ ਬਾਣੀ ਨੂੰ ਸਮੇਲ ਕੀਤਾ ਨਾ, ਅਤੇ ਉਹ ਪਾਣੀ ਨਹੀਂ ਰਿਹਾ, ਉਹ ਅੰਮ੍ਰਿਤ ਬਣ ਗਿਆ, ਆਬੇ ਹਯਾਤ ਬਣ ਗਿਆ। ਸੋ ਵਾਹਿਗੁਰੂ ਜੀ ਕਹਿੰਦੇ ਨੇ ਤਨ ਦੀ ਮੈਲ ਨੂੰ ਦੂਰ ਕਰ, ਜ਼ਰੂਰ ਹੈ, ਮੁਬਾਰਕ ਹੈ, ਪਰ ਉਹਦੇ ਨਾਲ ਮਨ ਦੇ ਜਿਹੜੀ ਮੈਲ ਹੈ ਨਾ, ਇਹਨੂੰ ਵੀ ਦੂਰ ਕਰ। ਮਨ ਮੈਲ ਏ, ਸਭ ਕੁਛ ਮੈਲ ਆ, ਤਨ ਧੋਤੇ ਮਨ ਹੱਛਾ ਨਾ ਹੋਏ, ਗੁਰੂ ਦਾ ਫੈਸਲਾ। ਜੇ ਮਨ ਮੈਲਾ ਹੈ ਤਾਂ ਸਭ ਕੁਛ ਹੀ ਮੈਲਾ। ਮਨ ਮੈਲਾ ਕਿਵੇਂ ਹੋਇਆ? ਅਸੀਂ ਜੇ ਕਿਸੇ ਦੀ ਧੀ, ਕਿਸੇ ਦੀ ਭੈਣ ਨੂੰ ਮਾੜੀ ਨਜ਼ਰ ਨਾਲ ਵੇਖਿਆ ਵੀ ਸੰਸਕਾਰ ਅੰਦਰ ਚਲੇ ਗਏ, ਮਨ ਮੈਲਾ ਹੋ ਗਿਆ। ਜੇ ਕਿਸੇ ਦੀ ਵਸਤੂ ਦੇ ਉੱਤੇ ਸਾਡਾ ਮਨ ਲੁਭਾਏਮਾਨ ਹੋ ਗਿਆ, ਇਹ ਵਸਤੂ ਇਹਦੇ ਕੋਲ ਨਹੀਂ ਮੇਰੇ ਕੋਲ ਹੋਣੀ ਚਾਹੀਦੀ ਸੀ, ਮਨ ਮੈਲਾ ਹੋ ਗਿਆ। ਜੇ ਫੁਰਨੇ ਅੰਦਰ ਜ਼ਿਆਦਾ ਭੈੜੇ ਫੁਰਨੇ ਸ਼ੁਰੂ ਹੋ ਗਏ, ਮਨ ਮੈਲਾ ਹੋ ਗਿਆ। ਅਤੇ ਜਿਵੇਂ ਜਿਵੇਂ ਇਹ ਬੰਦਾ ਸੰਸਾਰ ਦੇ ਅੰਦਰ ਵਿਚਰਦਾ, ਤਿਵੇਂ ਤਿਵੇਂ ਦੁਨੀਆ ਦੇ ਧੰਦਿਆਂ ਵਾਲੇ ਪਾਸੇ ਇਹ ਜਦੋਂ ਮਨ ਵੇਖਦਾ ਹੈ ਅਤੇ ਦੂਸਰੇ ਨੂੰ ਵੇਖ ਵੇਖ ਕੇ ਮਨ ਦੇ ਅੰਦਰ ਮੈਲ ਤੁਰੀ ਆ ਰਹੀ ਹੈ, ਜੋ ਕੁਛ ਇਹਦੇ ਕੋਲ ਹੈ ਮੇਰੇ ਕੋਲ ਹੋਣਾ ਚਾਹੀਦਾ। ਜੇ ਨਹੀਂ ਪੇਸ਼ ਜਾਂਦੀ, ਪਹਿਲਾਂ ਮਨ ਕਰਕੇ ਚੋਰੀ ਕਰਦਾ। ਜੇ ਮਨ ਕਰਕੇ ਪੇਸ਼ ਨਾ ਜਾਏ ਫਿਰ ਤਨ ਕਰਕੇ ਚੋਰੀ ਕਰਦਾ, ਕਿਉਂਕਿ ਜਿੱਥੇ ਮਨ ਨਾ ਪਹੁੰਚੋ ਉੱਥੇ ਤਨ ਨੂੰ ਫਿਰ ਅੱਗੇ ਕਰ ਦਿੰਦਾ। ਅਤੇ ਜਦੋਂ ਤਨ ਚੋਰੀ ਕਰਦਾ, ਜਦੋਂ ਤਨ ਨੂੰ ਮਾਰ ਪੈਂਦੀ, ਮਨ ਅੰਦਰ ਆਰਾਮ ਨਾਲ ਬੈਠਾ। ਚੋਰੀ ਕਿੰਨੇ ਕਰਾਈ ਮਨ ਨੇ, ਪਰ ਉਹ ਅੰਦਰ ਆਰਾਮ ਨਾਲ ਬੈਠਾ। ਸਜ਼ਾ ਤਨ ਨੂੰ ਨਹੀਂ, ਸਜ਼ਾ ਮਨ ਨੂੰ ਮਿਲਣੀ ਚਾਹੀਦੀ, ਪਰ ਸਮਾਜ ਦੇ ਅੰਦਰ ਚੋਰੀ ਕਰਦੇ ਅਤੇ ਤਨ ਨੂੰ ਸਜ਼ਾ ਮਿਲਦੀ ਹੈ, ਅਤੇ ਰਹਿੰਦੇ ਰੱਬ ਦੇ ਘਰ ਵਿੱਚ ਆਈਏ ਉੱਥੇ ਫਿਰ ਮਨ ਨੂੰ ਸਜ਼ਾ ਮਿਲਦੀ ਹੈ। ਆਖੋ ਸਤਨਾਮ ਸ਼੍ਰੀ। ਸੋ ਵਾਹਿਗੁਰੂ ਜੀ ਕਹਿੰਦੇ ਨੇ ਇਸ ਮਨ ਨੂੰ ਸ਼ੁੱਧ ਕਰ, ਇਸ ਮਨ ਨੂੰ ਪਵਿੱਤਰ ਕਰ। ਮਨ ਮੇਰਿਆ ਅੰਤਰ ਤੇਰੇ ਨਿਧਾਨ ਹੈ, ਤੂੰ ਬਾਹਰ ਵਸਤ ਨਾ ਭਾਲ। ਉਹ ਖਜ਼ਾਨਾ, ਉਹ ਨਿਰੰਕਾਰ ਤੇਰੇ ਅੰਦਰ ਹੈ, ਉਹਨੂੰ ਬਾਹਰ ਲੱਭਣ ਦੀ ਕੋਸ਼ਿਸ਼ ਨਾ ਕਰ। ਬਾਹਰ ਲੱਭੇਗਾ ਭੜਕਦਾ ਰਹੇਗਾ, ਸਾਰੀ ਜ਼ਿੰਦਗੀ ਲੰਘ ਜਾਏਗੀ, ਨਹਾਉਂਦਾ ਰਹੇ ਕੱਛ ਨਹੀਂ ਮਿਲੇਗਾ। ਅਤੇ ਉੱਥੇ ਹਜ਼ੂਰ ਨੇ ਇੱਕ ਹੋਰ ਬਚਨ ਉਚਾਰਨ ਕੀਤਾ, ਕਹਿੰਦੇ ਜੇ ਪਾਣੀ ਦੇ ਅੰਦਰ ਇਸ਼ਨਾਨ ਕਰਦਿਆਂ ਕਰਦਿਆਂ ਮੁਕਤੀ ਮਿਲਦੀ ਹੋਵੇ ਤਾਂ ਡੱਡੂਆਂ ਅਤੇ ਮੱਛੀਆਂ ਨੂੰ ਸਭ ਤੋਂ ਪਹਿਲਾਂ ਮਿਲਣੀ ਚਾਹੀਦੀ, ਕਿਉਂਕਿ ਸਾਰੀ ਜ਼ਿੰਦਗੀ ਜਿਹੜੀ ਹੈ ਉਹ ਪਾਣੀ ਵਿੱਚ ਇਸ਼ਨਾਨ ਕਰਦੇ ਰਹਿੰਦੇ ਨੇ। ਪਰ ਗੁਰੂ ਦਾ ਫੈਸਲਾ ਪਾਣੀ ਦੇ ਨਾਲ ਕੇਵਲ ਤਨ ਦਾ ਸੰਬੰਧ ਹੈ। ਵੇਖੋ ਆਪਾਂ ਧਾਰਮਿਕ ਅਸਥਾਨਾਂ 'ਤੇ ਜਾਂਦੇ ਹਾਂ, ਮੰਨ ਲਓ ਹਰਿਮੰਦਰ ਸਾਹਿਬ ਜਾਂਦੇ ਹਾਂ, ਆਪਾਂ ਪਹਿਲਾਂ ਮੱਥਾ ਟੇਕਣ ਦੇ ਨਹੀਂ ਨਾ ਜਾਂਦੇ, ਪਹਿਲਾਂ ਇਸ਼ਨਾਨ ਕਰਨ ਵਾਲੇ ਪਾਸੇ ਜਾਂਦੇ ਹਾਂ। ਇਸ਼ਨਾਨ ਕੀਤਾ, ਬਸਤਰ ਸਾਫ਼ ਸੁਥਰੇ ਪਾਏ, ਇਸ਼ਨਾਨ ਕਰਨ ਦੇ ਨਾਲ ਬਾਹਰਲਾ ਤਨ ਸਾਫ਼ ਹੋ ਗਿਆ। ਫਿਰ ਕਹਿੰਦੇ ਹੁਣ ਮੱਥਾ ਟੇਕੀਏ। ਫਿਰ ਗੁਰੂ ਦੇ ਘਰ ਵਿੱਚ, ਗੁਰੂ ਦੇ ਪਵਿੱਤਰ ਅਸਥਾਨ 'ਤੇ ਆਪਾਂ ਪਹੁੰਚਦੇ ਹਾਂ, ਮੱਥਾ ਟੇਕਦੇ ਹਾਂ, ਬੈਠਦੇ ਹਾਂ, ਬਾਣੀ ਨੂੰ ਸੁਣਦੇ ਹਾਂ, ਬਾਹਰੋਂ ਤਨ ਪਵਿੱਤਰ ਹੋ ਗਿਆ, ਅੰਦਰੋਂ ਮਨ ਪਵਿੱਤਰ ਹੋ ਗਿਆ। ਸੋ ਸਤਿਗੁਰੂ ਜੀ ਕਹਿੰਦੇ ਨੇ ਆਹ ਤਨ ਨੂੰ ਵੀ ਪਵਿੱਤਰ ਕਰ, ਉਹਦੇ ਨਾਲ ਨਾਲ ਆਹ ਜਿਹੜਾ ਮਨ ਹੈ ਇਹਨੂੰ ਵੀ ਪਵਿੱਤਰ ਕਰ। ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਬਚਨਾਂ ਦੇ ਮੁਤਾਬਕ ਉਹਨਾਂ ਬੜਾ ਪਿਆਰਾ ਬਚਨ ਆਖਿਆ, ਕਹਿੰਦੇ ਕੁਰਬਾਨੀ ਤਿੰਨਾ ਗੁਰ ਸਿੱਖਾਂ ਪਿੱਛਲ ਰਾਤੀ ਉੱਠ ਬਹੰਦੇ। ਕੁਰਬਾਨੀ ਤਿੰਨਾ ਗੁਰ ਸਿੱਖਾਂ ਅੰਮ੍ਰਿਤ ਵੇਲੇ ਸਰ ਨਾ ਬੰਦੇ। ਕੁਰਬਾਨੀ ਤਿੰਨਾ ਗੁਰ ਸਿੱਖਾਂ ਇੱਕ ਮਨ ਹੋਏ ਗੁਰ ਜਾਪ ਜਪੰਦੇ। ਪਹਿਲਾਂ ਅੰਮ੍ਰਿਤ ਵੇਲੇ ਗੁਰੂ ਕਾ ਸਿੱਖ ਉੱਠੇ, ਫਿਰ ਇਸ਼ਨਾਨ ਕਰੇ ਤਨ ਦਾ, ਉਸ ਤੋਂ ਬਾਅਦ ਇੱਕ ਮਨ ਹੋਏ ਗੁਰ ਜਾਪ ਜਪੰਦੇ, ਮਨ ਇਕਾਗਰ ਕਰਕੇ ਗੁਰੂ ਦਾ ਜਾਪ ਕਰ, ਤਾਂ ਕਿ ਆਹ ਜਿਹੜਾ ਅੰਦਰ ਮਨ ਹੈ ਇਹ ਵੀ ਇਸ਼ਨਾਨ ਕਰ ਲੈ। ਪਹਿਲਾਂ ਤਨ ਦਾ ਇਸ਼ਨਾਨ ਕਰ ਲਿਆ, ਜਦੋਂ ਸਿਮਰਨ ਵਿੱਚ ਜੁੜ ਗਿਆ ਫਿਰ ਮਨ ਦਾ ਇਸ਼ਨਾਨ ਹੋ ਗਿਆ। ਕੁਰਬਾਨੀ ਤਿੰਨਾ ਗੁਰ ਸਿੱਖਾਂ ਇੱਥੇ ਬਸ ਨੇ, ਕੁਰਬਾਨੀ ਤਿੰਨਾ ਗੁਰ ਸਿੱਖਾਂ ਸਾਧ ਸੰਗਤ ਮਿਲ ਜਾਏ ਬਹੰਦੇ। ਫਿਰ ਸੰਗਤ ਦੇ ਅੰਦਰ ਜਾ ਕੇ ਬਹਿ, ਕਿਉਂ ਆਪਾਂ ਘਰ ਵਿੱਚ ਵੀ ਸਿਮਰਨ ਕਰਦੇ ਹਾਂ, ਜੇ ਮੁਬਾਰਕ ਕਰਦੇ ਹੋਵੋਗੇ ਤਾਂ। ਉੱਥੇ ਸਮਾਂ ਕਿੰਨਾ ਕੁ ਲੱਗਿਆ? ਆਪਾਂ ਇੱਕ ਵਾਰੀ ਕਹਿਤਾ ਸਤਨਾਮ ਸ਼੍ਰੀ, ਇੱਕੋ ਸਾਡੀ ਆਵਾਜ਼ ਸਾਡੇ ਕੰਨਾਂ ਤੱਕ ਪਈ। ਪਰ ਸੰਗਤ ਦੀ ਮਹਾਨਤਾ ਕਿਉਂ ਦੱਸੀ? ਦਾਤਾ ਜੀ ਨੇ ਆਖਿਆ ਸੰਗਤ ਵਿੱਚ ਵੀ ਜਾ, ਉੱਥੇ ਬੈਠ ਕੇ ਇੱਕੋ ਵਾਰੀ ਸੁਣ ਅਤੇ ਆਖ ਸਤਨਾਮ ਸ਼੍ਰੀ। ਕਿੰਨੀਆਂ ਆਵਾਜ਼ਾਂ ਪੈ ਗਈਆਂ, ਸਮਾਂ ਕਿੰਨਾ ਲੱਗਾ? ਜਿੰਨਾ ਕੁ ਘਰ ਵਿੱਚ ਸੀ। ਮਹਾਨਤਾ ਜ਼ਿਆਦਾ ਫਲ ਕਿੱਥੋਂ ਮਿਲਿਆ? ਗੁਰੂ ਕੀ ਸੰਗਤ ਦੀ। ਕੁਰਬਾਨੀ ਤਿੰਨਾ ਗੁਰ ਸਿੱਖਾਂ ਸਾਧ ਸੰਗਤ ਮੇਰੇ ਜਾਏ ਬਹੰਦੇ।
ਕੁਰਬਾਨੀ ਤਿੰਨਾਂ ਗੁਰਸਿੱਖਾਂ ਭਾਉ ਭਗਤ ਗੁਰਪੁਰਬ ਮਨੰਦੇ, ਮੈਂ ਉਹਨਾਂ ਸਿੱਖਾਂ ਤੋਂ ਸਦਕੇ ਜਾਵਾਂ, ਕੁਰਬਾਨ ਜਾਵਾਂ ਜਿਹੜੇ ਆਪਣੇ ਗੁਰੂਆਂ ਦੇ ਪੁਰਬਾਂ ਨੂੰ ਮਨਾਉਂਦੇ ਨੇ। ਗੁਰਸੇਵਾ ਫਲ ਸਫਲ ਫਲੰਦੇ, ਇਸੇ ਤਰ੍ਹਾਂ ਗੁਰੂ ਦੇ ਘਰ ਦੀ ਸੇਵਾ ਕਰਕੇ ਜੀਵਨ ਨੂੰ ਸਫਲ ਕਰ ਜਾਂਦੇ ਨੇ। ਉਹਨਾਂ ਦਾ ਤਨ ਵੀ ਪਵਿੱਤਰ ਹੋ ਗਿਆ, ਉਹਨਾਂ ਦਾ ਮਨ ਵੀ ਪਵਿੱਤਰ ਹੋ ਗਿਆ। ਨਦਰ ਕਰੇ ਸੱਚ ਪਾਈਐ ਬਿਨ ਨਾਵੈ ਕਿਆ ਸਾਖ। ਫਿਰ ਪਰਮੇਸ਼ੁਰ ਦੀ ਰਹਿਮ 'ਤੇ ਨਦਰ ਹੋ ਜਾਏਗੀ, ਅਤੇ ਜਦੋਂ ਨਦਰ ਹੋ ਗਈ ਫਿਰ ਅੰਦਰ ਸੱਚ ਵੱਸ ਗਿਆ। ਜਦੋਂ ਸੱਚ ਵੱਸ ਗਿਆ ਤੇ ਉਹਦੇ ਨਾਲ ਨਾਲ ਅੰਦਰ ਸੰਤੋਖ ਆ ਗਿਆ। ਚੇਤੇ ਰੱਖੋ, ਜੇ ਸੰਤੋਖ ਤੋਂ ਬਿਨਾਂ ਸਿਮਰਨ ਬੰਦਾ ਨਹੀਂ ਕਰ ਸਕਦਾ। ਸੰਤੋਖ ਸਿਮਰਨ ਨੂੰ ਜਨਮ ਦਿੰਦਾ। ਜਿਹੜਾ ਬੰਦਾ ਬੇਸਬਰਾ ਹੋਵੇ, ਦਿਨ ਰਾਤ ਦੌੜ ਭੱਜ ਕਰਦਾ ਰਹੇ, ਉਹ ਸਿਮਰਨ ਕਿੱਥੋਂ ਕਰੇਗਾ? ਸਿਮਰਨ ਹਮੇਸ਼ਾ ਉਹ ਬੰਦਾ ਕਰ ਸਕਦਾ ਜਿਹਦੇ ਮਨ ਦੇ ਅੰਦਰ ਪਹਿਲਾਂ ਸੰਤੋਖ ਨੂੰ ਥਾਂ ਮਿਲਦੀ। ਸੰਤੋਖ ਅੰਦਰ ਇੱਕ ਆਵਾਜ਼ ਆਏ, ਛੱਡ ਦੁਨੀਆ ਦੇ ਇਹ ਝਮੇਲੇ ਨੇ ਮੁੱਕਣੇ, ਛੱਡ ਸੰਸਾਰ ਦੇ ਅੰਦਰ ਦੌੜ ਭੱਜ ਕਿੰਨੇ ਕੁ ਦੇਰ ਤੱਕ ਕਰੇਗਾ? ਜਿਸ ਮਾਲਕ ਨੇ ਭੇਜਿਆ ਸੀ, ਜਿਸ ਕੰਮ ਵਾਸਤੇ ਤੋਰਿਆ ਸੀ, ਉਹ ਕੰਮ ਪਹਿਲਾਂ ਕਰ। ਇਹ ਤਾਂ ਜਿੰਨਾ ਮਰਜ਼ੀ ਧਨ ਦੌਲਤ ਆਉਂਦਾ ਰਹੇ, ਮਨ ਨੇ ਕੋਈ ਰੱਜਣਾ ਥੋੜ੍ਹਾ, ਮਨ ਨੂੰ ਸਮਝਾਉਣ ਵਾਲੀ ਗੱਲ ਹੈ। ਅਤੇ ਜਦੋਂ ਸਬਰ ਆ ਗਿਆ ਫਿਰ ਅੰਦਰੋਂ ਸਿਮਰਨ ਦਾ ਜਨਮ ਆਉਂਦਾ, ਚੇਤੇ ਰੱਖ। ਅਤੇ ਜਦੋਂ ਸਿਮਰਨ ਦਾ ਅੰਦਰ ਜਨਮ ਹੋ ਗਿਆ ਫਿਰ ਗਿਆਨ ਦੀਆਂ ਵਿਚਾਰਾਂ ਅੰਦਰ ਫੁੱਟਦੀਆਂ ਨੇ। ਰੋਜ਼ ਪੜ੍ਹਦੇ ਹੋ, ਥਾਲ ਵਿੱਚ ਤਿੰਨ ਵਸਤੂ ਭਇਓ ਸੱਤ ਸੰਤੋਖ ਵਿਚਾਰੋ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਇੱਕ ਉਹ ਮਹਾਨ ਥਾਲ ਹੈ ਜਿਹਦੇ ਅੰਦਰੋਂ ਸਾਨੂੰ ਤਿੰਨ ਚੀਜ਼ਾਂ ਮਿਲਦੀਆਂ ਨੇ, ਪਹਿਲਾਂ ਸੱਚ, ਦੂਸਰਾ ਸੰਤੋਖ ਅਤੇ ਤੀਸਰਾ ਗਿਆਨ ਦੀ ਵਿਚਾਰ। ਸੰਤੋਖ ਮਨ ਵਿੱਚ ਹੈ, ਬੰਦਾ ਆਰਾਮ ਵਿੱਚ ਹੈ, ਵਰਨਾ ਅੱਜ ਦੇ ਯੁੱਗ ਵਿੱਚ ਕਿਸੇ ਕੋਲ ਆਰਾਮ ਨਹੀਂ। ਇੱਥੋਂ ਤੱਕ ਕਿ ਰੋਟੀ ਖਾਣ ਦਾ ਵੀ ਬੰਦੇ ਕੋਲ ਸਮਾਂ ਨਹੀਂ। ਸਮੇਂ ਦੀ ਲੋੜ ਮੁਤਾਬਕ ਲੋਕਾਂ ਨੇ ਇਹੋ ਜਿਹੇ ਹਥਿਆਰ ਕੱਢ ਦਿੱਤੇ ਤਾਂ ਤੁਰਦਾ ਤੁਰਦਾ ਵੀ ਰੋਟੀ ਖਾ ਸਕਦਾ, ਜਿਹਨੂੰ ਆਪਾਂ ਕਹਿੰਦੇ ਹਾਂ ਬਰਗਰ ਸ਼ਰਗਰ, ਪਤਾ ਨਹੀਂ ਨੂਡਲ ਜੇ ਕੀ ਹੁੰਦਾ, ਤੁਰਦੇ ਫਿਰਦੇ ਖਾ ਲਓ। ਘਰ 'ਚ ਬਹਿ ਕੇ ਰੋਟੀ ਖਾਣ ਦਾ ਸਮਾਂ ਨਹੀਂ, ਫੋਨ ਸੁਣਨ ਦਾ ਸਮਾਂ ਨਹੀਂ, ਤੁਰਦੇ ਜਾਓ ਨਾਲ ਸੁਣੀ ਜਾਓ ਸਮਾਂ ਕੋਈ, ਰੋਟੀ ਖਾਣ ਦਾ ਸਮਾਂ ਨਹੀਂ, ਕਿਸੇ ਦੀ ਗੱਲ ਸੁਣਨ ਦਾ ਸਮਾਂ ਨਹੀਂ। ਅਤੇ ਖਿਮਾ ਕਰਨਾ, ਗੁਰੂ ਦੀ ਗੱਲ ਦਾ ਸੁਣਨ ਦਾ ਸਮਾਂ ਕਿੱਥੋਂ ਮਿਲੇਗਾ? ਜਿਸ ਬੰਦੇ ਕੋਲ ਘਰ ਵਿੱਚ ਬਹਿਣ ਦਾ ਸਮਾਂ ਨਹੀਂ, ਘਰ 'ਚ ਰੋਟੀ ਖਾਣ ਦਾ ਸਮਾਂ ਨਹੀਂ, ਕਿਸੇ ਦੀ ਗੱਲ ਸੁਣਨ ਦਾ ਸਮਾਂ ਨਹੀਂ, ਉਹ ਗੁਰੂ ਦੀ ਗੱਲ ਕਿੱਥੋਂ ਸੁਣੇਗਾ? ਸੰਤੋਖ ਅੰਦਰ ਆ ਗਿਆ, ਬੰਦਾ ਸ਼ਾਂਤੀ ਹੋ ਗਿਆ, ਟਿਕਾਅ ਵਿੱਚ ਆ ਗਿਆ। ਮੈਨੂੰ ਛੋਟੀ ਜਿਹੀ ਗੱਲ ਚੇਤੇ ਆਈ। ਇੱਕ ਮਨੁੱਖ ਨੇ ਵੇਖਿਆ ਇੱਕ ਬੰਦਾ ਬੜੇ ਆਰਾਮ ਨਾਲ ਬੈਠਾ, ਕਹਿੰਦਾ ਮੇਰੇ ਨਾਲ ਚੱਲ, ਬੜਾ ਲਾਭ ਹੋਏਗਾ, ਬਹੁਤ ਸਾਰਾ ਧਨ ਆਪਾਂ ਨੂੰ ਮਿਲੇਗਾ। ਕਹਿੰਦਾ ਫਿਰ ਕੀ ਕਰਾਂਗੇ? ਕਹਿੰਦਾ ਉਸ ਧਨ ਦੇ ਨਾਲ ਬਹੁਤ ਵੱਡਾ ਘਰ ਬਣਾਵਾਂਗੇ। ਕਹਿੰਦਾ ਫਿਰ? ਕਹਿੰਦਾ ਵੱਡੇ ਵੱਡੀਆਂ ਸੁੰਦੀਆਂ ਕਾਰਾਂ ਲਵਾਂਗੇ। ਕਹਿੰਦਾ ਫਿਰ? ਕਹਿੰਦੇ ਫਿਰ ਛੱਤੀ ਪਦਾਰਥ ਛਕਾਂਗੇ। ਕਹਿੰਦਾ ਫਿਰ? ਕਹਿੰਦਾ ਫਿਰ ਆਰਾਮ ਨਾਲ ਬੈਠਾਂਗਾ। ਕਹਿੰਦੇ ਜੇ ਇੰਨਾ ਸਿਆਪਾ ਕਰਨਾ ਤਾਂ ਕਰਨ ਦੀ ਲੋੜ ਕੀ, ਪਹਿਲੇ ਮੈਂ ਆਰਾਮ ਨਾਲ ਬੈਠਾ ਹਾਂ। ਜੇ ਇੰਨੀ ਦੌੜ ਭੱਜ ਕਰਕੇ ਹੀ ਆਰਾਮ ਲੈਣਾ ਹੈ ਤਾਂ ਉਹ ਆਰਾਮ ਨਾਲ ਤਾਂ ਮੈਂ ਪਹਿਲਾਂ ਬੈਠਾ ਹਾਂ। ਤੇਰੀ ਜਿਹੜੀ ਦੌੜ ਭੱਜ ਤੈਨੂੰ ਮੁਬਾਰਕ ਹੋਵੇ, ਮੇਰਾ ਸੰਤੋਖ ਮੈਨੂੰ ਮੁਬਾਰਕ ਹੋਵੇ। ਸੋ ਵਾਹਿਗੁਰੂ ਜੀ ਕਹਿੰਦੇ ਨੇ, ਜਿਸ ਦਿਨ ਗੁਰੂ ਦੀ ਕਿਰਪਾ ਵਰਸ ਗਈ, ਜਿਸ ਦਿਨ ਮਾਲਕ ਦੀਆਂ ਬਖਸ਼ਿਸ਼ਾਂ ਵਰਸ ਗਈਆਂ, ਅੰਦਰ ਦੀ ਮੈਲ ਦੂਰ ਹੋ ਜਾਏਗੀ, ਫਿਰ ਜਿਸ ਪਾਸੇ ਵੀ ਨਜ਼ਰ ਮਾਰੇਗਾ ਸਭ ਮਹਿ ਜੋਤ ਜੋਤ ਹੈ ਸੋਏ, ਤਿਸਦੇ ਚਾਨਣ ਸਭ ਮਹਿ ਚਾਨਣ ਹੋਏ। ਐਸੀ ਅਵਸਥਾ ਅੰਦਰ ਦੀ ਬਣ ਜਾਵੇਗੀ ਜੀ। ਤਰੀਏ